ਪੱਟੀ ਸਾਹਿਬ ਇੱਕ ਹੋਰ ਚੀਜ਼ ਦੇਖਿਆ ਜਾਵੇ ਨਾ ਸਰਕਾਰਾਂ ਦੀ, ਪਹਿਲੇ ਟਾਈਮ ਦੇ ਵਿੱਚ ਹੁੰਦਾ ਸੀ ਜਦੋਂ ਨੈੱਟ ਨਵੇਂ ਆਏ ਸੀਗੇ ਤਾਂ ਉਦੋਂ ਕਈ ਜਿਹੜੇ ਕੂਪਨ ਮਿਲਦੇ ਹੁੰਦੇ ਸੀਗੇ 10-10 ਰੁਪਏ ਦੇ, ਵੀ ਇਹਦੇ 'ਚ ਤੁਹਾਨੂੰ 50 MB ਮਿਲੂਗੀ, ਉਸ ਤੋਂ ਬਾਅਦ ਫਿਰ ਵੱਡੇ ਕੂਪਨ 50 ਰੁਪਏ ਦਾ ਕੋਈ ਆਉਂਦਾ ਹੁੰਦਾ ਸੀਗਾ, ਫਿਰ ਹਾਂ ਹਾਂ ਤੁਹਾਨੂੰ ਕੀ ਲੱਗਦਾ ਵੀ ਮਤਲਬ ਮੈਂ ਹੁਣੇ ਹੁਣੇ ਜੰਮੀ ਮੈਂ ਕਿਤੇ ਵੀ ਨਹੀਂ ਵਰਤੀ ਤੁਸੀਂ ਨਵੀਂ ਪੀੜ੍ਹੀ ਕੀ ਲੱਗਦੇ ਮੈਨੂੰ, ਨਹੀਂ ਉਹ ਉਹ ਚੀਜ਼ਾਂ ਸੀਗੀਆਂ ਉਸ ਟਾਈਮ ਦੇ ਉੱਤੇ ਹੈਨਾ, ਫਿਰ ਹੌਲੀ ਹੌਲੀ ਜਿਹੜੇ ਪਤਾ ਲੱਗਣੀਆਂ ਸ਼ੁਰੂ ਹੋਈਆਂ ਚੀਜ਼ਾਂ ਜਿਹੜੀਆਂ ਕਿਹੜੇ ਕਿਹੜੇ ਪੈਕ ਪੂਕ ਜਿਹੜੇ ਨਵੇਂ ਆਉਣੇ ਸ਼ੁਰੂ ਹੋ ਗਏ, ਤੇ ਜਦੋਂ ਉੱਥੇ ਕਿਤੇ ਵਿੱਚ ਨੈੱਟ ਖੜ ਜਾਂਦਾ ਹੁੰਦਾ ਸੀ ਨਾ, ਅਗਲੇ ਕੰਪਨੀ ਵਾਲਿਆਂ ਨੂੰ ਗਾਲਾਂ ਇੰਨੀਆਂ ਕੱਢਦੇ ਹੁੰਦੇ ਸੀ ਨਾ ਵੀ ਮਤਲਬ ਵੀ ਇਹਨਾਂ ਦਾ ਬੇੜੇ ਬਹਿ ਜੇ ਬੇੜਾ ਇਹਨਾਂ ਨੇ, ਮਤਲਬ ਮੈਂ ਵੀਡੀਓ ਡਾਊਨਲੋਡ ਕਰਨੀ ਸੀਗੀ, ਮੈਂ ਆਪਣਾ ਕੰਮ ਕਰਨਾ ਸੀਗਾ, ਮੈਂ ਮੇਲ ਕਰਨੀ ਸੀਗੀ, ਮੈਂ ਕਹਿੰਦਾ ਵੀਡੀਓ ਡਾਊਨਲੋਡ ਤਾਂ ਉਦੋਂ ਬਹੁਤ ਦੁੱਖ ਲੱਗਦਾ ਸੀ ਅੱਗੇ ਜਾਂ ਛੋਟੇ ਛੋਟੇ ਮੋਬਾਈਲ ਹੁੰਦੇ ਸੀ ਆਪਣੇ ਨੋਕੀਆ ਦੇ, ਤੇ ਉਦੋਂ ਹੁੰਦੀ ਸੀਗੀ ਦੁੱਖ ਇੰਨਾ ਲੱਗਦਾ ਸੀ, ਵੀਡੀਓ ਕਈ ਵਾਰ ਹੋਇਆ ਤੁਹਾਡੇ ਨਾਲ ਵੀ ਹੋਇਆ, ਮੈਂ ਕਹਿੰਦਾ ਲਗਭਗ ਦੁਨੀਆ 'ਚ ਉਸ ਵੇਲੇ ਨੈੱਟ ਸੀ ਜਦੋਂ ਫੋਨ ਸੀਗੇ, 90% ਲੋਕਾਂ ਨੂੰ ਹੋਣਾ ਵੀ ਵੀਡੀਓ ਸਾਰੀ ਡਾਊਨਲੋਡ ਭੱਜੀ ਜਾਂਦੀ ਪੂਰੀ ਸਪੀਡ, ਵੀ ਜਿਵੇਂ ਉਹ ਆਪਣਾ ਬੁਲਟ ਭੱਜਿਆ ਫਿਰਦਾ ਹੁੰਦਾ ਨਾ, ਉਹ ਭੱਜੀ ਜਾਂਦੀ ਸਪੀਡ 99 'ਤੇ ਖੜ ਗਈ ਜਾ ਕੇ, ਮੈਂ ਦੇਖੇ ਚੱਲ ਵੀ 99 ਹੋ ਗਈ 99 ਹੋ ਗਈ, ਜਦ ਐਂ ਹੋਇਆ ਉਹ ਪ੍ਰੋਸੈਸਿੰਗ ਜਦ ਐਂ ਜੇ ਹੋਣ ਲੱਗਣੀ ਹੌਲੀ ਹੌਲੀ ਤੇਜ਼ ਹੋਣੀ, ਮੈਂ ਕਿਹਾ ਲੈ ਵੀ ਹੋ ਗਈ ਉਹ ਜਦੇ ਕੈਂਸਲ ਐਰਰ ਆ ਜਾਣਾ, ਸਾਡੇ ਨਾਲ ਲੋਕਡਾਊਨ 'ਚ ਬੜਾ ਹੋਇਆ, ਲੋਕਡਾਊਨ ਦੇ ਵਿੱਚ ਕਿਉਂਕਿ ਘਰੋਂ ਕੰਮ ਕਰਦੇ ਹੁੰਦੇ ਸੀਗੇ, ਹਾਂਜੀ ਘਰੋਂ ਕੰਮ ਕਰ ਕਰਕੇ ਫਿਰ ਜਦੋਂ ਫਿਰ ਭੇਜਦੇ ਹੁੰਦੇ ਸੀਗੇ ਅਗਲੇ ਆਪ ਵੀ ਘਰੋਂ ਹੀ ਫਿਰ ਉਹ ਕੰਮ ਕਰਦੇ ਹੁੰਦੇ ਸੀਗੇ, ਉਹਨਾਂ ਨੇ ਜਦੋਂ ਭੇਜਣੀ ਜਿਹੜੇ ਐਪਾਂ ਓਪਨ ਜਿਹੀਆਂ ਬਣੀਆਂ ਵੀ ਉਹਦੇ ਰਾਹੀਂ ਉੱਥੇ ਆਈ ਜਾਣਾ ਵੀ ਜਾ ਰਿਹਾ ਡਾਟਾ, ਜਾ ਰਿਹਾ ਜਾ ਰਿਹਾ, ਨਿਗਾਹ ਉੱਥੇ ਹੀ ਗੜੀ ਰਹਿੰਦੀ ਸੀਗੀ ਵੀ ਜਾ ਰਿਹਾ, ਘਰ 'ਚ ਦੇਖੀ ਜਾਣਾ ਕਿੱਥੇ ਨੈੱਟ ਸਭ ਤੋਂ ਵਧੀਆ ਰਿਹਾ, ਉੱਥੇ ਟਕਾ ਦੇਣਾ ਫੋਨ ਜਾ ਕੇ, ਭਾਵੇਂ ਸੂਲੀ ਟੰਗਿਆ ਹੋਵੇ ਫੋਨ, ਉੱਥੇ 90% ਆ ਗਿਆ ਬਸ ਹੁਣ ਨਹੀਂ ਰੁਕਦੀ, ਹੁਣ ਤਾਂ ਚੱਲ ਜੂਗੀ, 98% ਆ ਗਿਆ ਬਸ ਹੁਣ ਤਾਂ ਗਿਆ ਹੀ ਗਿਆ ਕੰਮ, 2 ਮਿੰਟ ਬੰਦਾ ਉਧਰ ਨੂੰ ਜਾਂਦਾ ਫੇਲਿਅਰ ਫੇਲ, ਉਹ ਵੀ ਬੰਦਾ ਕਹਿੰਦਾ ਮੰਮੀ 99 ਹੋ ਗਈ ਰੋਟੀ ਪਾ ਦੇ ਮੈਂ ਰੋਟੀ ਖਾਣਾ, ਇਹਨਾਂ ਨੂੰ ਮਾਤਾ ਵੀ ਰੋਟੀ ਪਾ ਕੇ ਰੱਖ ਦਿੰਦੀ ਆ ਵੀ ਆ ਜਾ ਪੁੱਤ ਰੋਟੀ ਠੰਡੀ ਹੁੰਦੀ ਆ, ਕਿੱਥੇ ਮੰਮੀ ਖੜ ਜਾ 10 ਮਿੰਟ ਹੋਰ ਲੱਗਣਗੇ ਹਲੇ, ਪਰ ਹੁਣ ਵੇਲਾ ਬਦਲ ਗਿਆ, ਹੁਣ ਜਦੋਂ ਤੋਂ ਕੋਈ ਵੀ ਘਟਨਾ ਹੁੰਦੀ ਹੈ ਨਾ ਤੇ ਉਦੋਂ ਸਭ ਤੋਂ ਪਹਿਲਾਂ ਨੈੱਟ ਬੰਦ ਕਰ ਦਿੱਤੇ ਜਾਂਦੇ ਆ, ਤੁਹਾਨੂੰ ਰਾਮ ਰਹੀਮ ਦੇ ਟਾਈਮ ਤੇ ਯਾਦ ਹੋਣਾ ਜਦੋਂ ਉਹ ਸਾਰੀਆਂ ਚੀਜ਼ਾਂ ਮਤਲਬ ਹੋ ਰਹੀਆਂ ਸੀ, ਜਦੋਂ ਫੈਸਲਾ ਫੂਸਲਾ ਆਉਣਾ ਸੀਗਾ ਤਾਂ ਉਦੋਂ ਸਾਰੇ ਨੈੱਟ ਬੰਦ ਹੋ ਗਏ ਸੀ, ਚੰਡੀਗੜ੍ਹ ਮੋਹਾਲੀ ਪੰਚਕੂਲਾ ਸਾਰੇ ਪੰਜਾਬ ਦੇ ਸਾਰੇ ਨੈੱਟ ਬੰਦ ਹੋ ਗਏ ਸੀਗੇ, ਹਰਿਆਣੇ ਦੇ ਵੀ, ਤੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ ਉਦੋਂ ਫਿਰ ਇੱਕ ਚੀਜ਼ ਹੁੰਦੀ ਸੀ ਵੀ ਨੈੱਟ ਬੰਦ ਹੋ ਜਾਣਗੇ, ਤੇ ਹੁਣ ਦੀ ਵੀ ਜੇ ਗੱਲ ਕਰੀਏ ਤਾਂ ਹੁਣ ਵੀ ਪਿੱਛੇ ਕਿਤੇ ਨੈੱਟ ਬੰਦ ਹੋ ਗਿਆ ਸੀਗਾ ਲਖੀਮਪੁਰ ਘਟਨਾ ਦੇ, ਹਾਂ ਉਦੋਂ ਵੀ ਨੈੱਟ ਬੰਦ ਹੋ ਗਿਆ ਸੀਗਾ, ਤਾਂ ਹੁਣ ਲੋਕੀ ਕੀ ਸੋਚਦੇ ਜਦੋਂ ਵੀ ਨੈੱਟ ਬੰਦ ਹੁੰਦਾ ਨਾ, ਹੁਣ ਇਹ ਨਹੀਂ ਸੋਚਦੇ ਵੀ ਕਿਤੇ ਕੰਪਨੀ ਦਾ ਵੀ ਕਸੂਰ ਹੋਊਗਾ, ਹੁਣ ਗਾਲਾਂ ਸਰਕਾਰ ਨੂੰ ਪੈਂਦੀਆਂ ਨੇ, ਫੇਰ ਕਰਾਤਾ ਇਹਨਾਂ ਨੇ ਨੈੱਟ ਬੰਦ, ਬਣਦੀ ਵੀ ਇਹਨਾਂ ਨੂੰ ਨਹੀਂ ਗਾਲਾਂ, ਹੁਣ ਅੱਗੇ ਤਾਂ ਕੰਪਨੀ ਦਾ ਕਿਉਂਕਿ ਉਦੋਂ ਜੇ ਆਪਾਂ ਦੇਖੀਏ ਇਹਨੇ ਸਟੈਪਲਿਸਟ ਨਹੀਂ ਸੀਗੇ ਇਹ ਵੀ ਤਾਰਾਂ ਨਹੀਂ ਸਹੀ ਸੀ ਜਾਂ ਨੈਟਵਰਕ ਨਹੀਂ ਸਹੀ ਸੀ, ਹੁਣ ਸਰਕਾਰਾਂ ਕਰਦੀਆਂ ਉਹਨੂੰ, ਕਿਉਂਕਿ ਅਸਲੀਅਤ ਜੇ ਦੇਖੀ ਜਾਵੇ ਉਹਨੂੰ ਜੀ ਪਹਿਲਾਂ ਹੁੰਦਾ ਸੀ, ਅੱਜ ਤੋਂ 10 ਸਾਲ ਪਹਿਲਾਂ ਲਾ ਲਓ ਫੋਨ ਕਿਸੇ ਕਿਸੇ ਕੋਲ ਹੁੰਦਾ ਸੀ, ਲੋਕਾਂ ਨੂੰ ਵੀਡੀਓਜ਼ ਦਾ ਇੰਨਾ ਪਤਾ ਨਹੀਂ ਸੀਗਾ, ਹੁਣ ਨੈੱਟ ਹੈ ਹੀ ਚੀਜ਼ ਇਹੋ ਜਿਹੀ ਵੀ ਜੇ ਕੁਛ ਹੋ ਜਾਵੇ ਤੁਸੀਂ ਨਾਲ ਦੀ ਨਾਲ ਵੀਡੀਓ ਬਣਾਓ ਚੜਾ ਦੋ ਸੋਸ਼ਲ ਮੀਡੀਆ ਤੇ, ਵਾਇਰਲ ਹੋ ਜਾਂਦੀ, ਅਸਲੀਅਤ ਪਤਾ ਲੱਗ ਜਾਂਦੀ, ਹੁਣ ਜਿਵੇਂ ਮੈਂ ਲਖੀਮਪੁਰ ਦੀ ਗੱਲ ਕਰੀ ਵੀ ਉੱਥੇ ਨੈੱਟ ਬੰਦ ਹੋਇਆ ਸੀ, ਅਸਲੀਅਤ ਉੱਥੋਂ ਦੀ ਇਹੀ ਨਿਕਲ ਕੇ ਆਈ ਹੈ ਨਾ, ਰਕੇਸ਼ ਟਕੈਤ ਦੱਸਦੇ ਆ, ਹੋਰ ਕਿਸਾਨ ਆਗੂ ਦੱਸਦੇ ਆ, ਕਹਿੰਦੇ ਵੀ 5 ਘੰਟੇ ਤੱਕ ਇਸਨੂੰ ਪਤਾ ਨਹੀਂ ਲੱਗਿਆ, 5 ਘੰਟੇ ਬਾਅਦ ਜਦੋਂ ਵੀਡੀਓਜ਼ ਵਾਇਰਲ ਹੋਣ ਲੱਗੀਆਂ ਸਰਕਾਰ ਨੇ ਨੈੱਟ ਬੰਦ ਕਰਤਾ, ਉਹ ਵੀਡੀਓਜ਼ ਵਾਇਰਲ ਹੋਈਆਂ, ਚਲੋ ਜਦੋਂ ਨੈੱਟ ਚੱਲਿਆ ਵੀਡੀਓ ਸਾਰੀਆਂ ਸਾਹਮਣੇ ਨਿਕਲ ਕੇ ਆਈਆਂ, ਉਹਦੇ ਨਾਲ ਟਕੈਤ ਸਾਹਿਬ ਵੀ ਇਹੀ ਕਹਿੰਦੇ ਆ, ਬਾਕੀ ਲੀਡਰ ਕਹਿੰਦੇ ਆ, ਕਹਿੰਦੇ ਜੇ ਨੈੱਟ ਬੰਦ ਰਹਿ ਜਾਂਦਾ ਉੱਥੇ 1 ਦਿਨ ਵੀ ਰਹਿ ਜਾਂਦਾ, ਪੂਰੇ 1 ਦਿਨ ਨੈੱਟ ਬੰਦ, ਤਾਂ ਸਮਝ ਲਓ ਵੀ ਜਿਹੜੀ ਇਹ ਪੂਰੇ ਦੋਸ਼ੀ ਸੀ ਕਿਸਾਨ ਬਣਾ ਦੇਣੇ ਸੀ, ਕਿਉਂਕਿ ਸਰਕਾਰ ਉਹਨਾਂ ਦੇ ਹੀ ਸਰਕਾਰ ਦੇ ਮੰਤਰੀ 'ਤੇ ਇਲਜ਼ਾਮ ਲੱਗਿਆ ਹੋਇਆ ਸੀ, ਸਭ ਜੇ ਦੇਖ ਰਹੇ ਅੱਜ ਦੀ ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਦੁੱਖ ਨੇ ਨੈੱਟ ਦੇ ਘਰ ਆਪਣੇ ਘਰਦਿਆਂ ਨੂੰ ਲਾ ਲਓ, ਕਿਉਂਕਿ ਦੁਖੀ ਹੁੰਦੇ ਵੀ ਸਾਡੇ ਜਿਹੜੇ ਫੋਨ 'ਚ ਲੱਗੇ ਰਹਿੰਦੇ ਆ ਨਾ, ਜੇ ਤੁਹਾਨੂੰ ਉਸਦੇ ਦੁੱਖ ਨੇ ਤਾਂ ਤੁਹਾਨੂੰ ਬੈਨੀਫਿਟ ਵੀ ਬਹੁਤ ਆ, ਸੱਚਾਈ ਮਿੰਟੋ ਮਿੰਟ ਤੁਹਾਡੇ ਸਾਹਮਣੇ ਲਿਆਉਂਦੀ ਹੈ, ਸਰਕਾਰ ਤਾਂ ਬੰਦ ਕਰਾ, ਬਿਲਕੁਲ ਹੁਣ ਨਾ ਕੰਪਨੀ ਵਾਲੇ ਜਿਹੜੇ ਨੇ ਉਹ ਵੀ ਚਾਲੂ ਹੋ ਗਏ, ਉਹਨਾਂ ਨੂੰ ਪਤਾ ਵੀ ਗਾਲਾਂ ਤਾਂ ਲੋਕਾਂ ਨੇ ਸਰਕਾਰਾਂ ਨੂੰ ਵੀ ਕੱਢਣੀਆਂ, ਉਹਨਾਂ ਨੂੰ ਕੰਪਲੇਂਟਾਂ ਹੁੰਦੀਆਂ ਹੁੰਦੀਆਂ ਨੈੱਟ ਬੰਦ ਹੋ ਗਿਆ ਨੈੱਟ ਬੰਦ ਹੋ ਗਿਆ, ਕਸੂਰ ਭਾਵਾਂ ਦੀ ਕੰਪਨੀ ਦਾ ਹੋਵੇ, ਫੋਨ ਕਰਕੇ ਆਹ ਸੀਐਮ ਸਾਹਿਬ ਨੇ ਬੰਦ ਕਰਾਇਆ, ਤੁਸੀਂ ਉਹਨਾਂ ਨੂੰ ਕੋਰੋ ਵੀ ਉਧਰੋਂ ਆਰਡਰ ਆਇਆ ਸੀ ਉਧਰੋਂ ਨਾ, ਹਾਂ ਭਾਈ ਨੈੱਟ ਨਹੀਂ ਚੱਲਦਾ ਅੱਜ, ਆਹ ਬਾਈ ਸਾਡਾ ਤਾਂ ਚੱਲੀ ਜਾਂਦਾ, ਆਹ ਮੰਤਰੀ ਸਾਹਿਬ ਦਾ ਫੋਨ ਆਇਆ ਸੀ ਕਹਿੰਦੇ ਮੇਰੇ ਮੈਂ ਲੰਘਣਾ ਇੱਧਰ ਨੂੰ ਏਰੀਆ 'ਚ ਨੈੱਟ ਬੰਦ ਚਾਹੀਦਾ, ਹੁਣ ਗਾਲਾਂ ਮਤਲਬ ਉਧਰ ਨੂੰ ਪੈਣੀਆਂ ਸ਼ੁਰੂ ਹੋ ਗਈਆਂ।